ਬੋਲੀ ਦੀ ਪਰਿਭਾਸ਼ਾ ਹੈ ਅਜਿਹੇ ਸ਼ਬਦਾਂ ਦਾ ਸਮੂਹ ਜਿਸ ਰਾਹੀਂ ਮਨੁੱਖ ਆਪਣੇ ਵਿਚਾਰਾਂ ਨੂੰ ਦੂਜਿਆਂ ਦੇ ਪ੍ਰਗਟ ਕਰਦਾ ਹੈ ਬੋਲੀ ਹੁੰਦੀ ਹੈ ਦੋ ਪ੍ਰਕਾਰ ਦੀ ਬੋਲ ਚਾਲ ਦੀ ਅਤੇ ਲਿਖਤੀ ਬੋਲੀ ਵਿਆਕਰਨ ਦੇ ਅੰਗ ਹਨ ਤਿੰਨ ਵਾਕ ਬੋਧ ਸ਼ਬਦ ਬੋਧ ਅਤੇ ਵਰਣ ਬੋਧ ਪੰਜਾਬੀ ਭਾਸ਼ਾ ਲਿਖਣ ਲਈ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਗੁਰਮੁਖੀ ਲਿਪੀ ਗੁਰਮੁਖੀ ਲਿਪੀ ਵਿੱਚ ਕੁੱਲ ਅੱਖਰ ਹਨ 41 ਸਵਾਰ ਅੱਖਰ ਹੁੰਦੇ ਹਨ ਉਹ ਅੱਖਰ ਜੋ ਕਿਸੇ ਹੋਰ ਅੱਖਰ ਦੀ ਸਹਾਇਤਾ ਤੋਂ ਬਿਨਾਂ ਹੀ ਬੋਲੇ ਜਾਣ ਗੁਰਮੁਖੀ ਵਰਣਮਾਲਾ ਵਿੱਚ ਸਵਾਰ ਅੱਖਰ ਹਨ 3 ਊੜਾ ਐੜਾ ਤੇ ਈੜੀ ਵਿਅੰਜਨ ਅੱਖਰ ਹੁੰਦੇ ਹਨ ਦੋ ਤਰ੍ਹਾਂ ਦੇ ਅਨੁਨਾਸਕ ਅਤੇ ਦੁਤਕ ਅੱਖਰ ਪੰਜਾਬੀ ਵਿੱਚ ਲਗਾ ਮਾਤਰਾ ਦੀ ਗਿਣਤੀ ਹੈ 10 ਊੜੇ ਨਾਲ ਲਗਾਂ ਦੀ ਵਰਤੋਂ ਕਿੱਤੀ ਜਾਂਦੀ ਹੈ 3 ਲਗਾ ਦੀ ਐੜੇ ਨਾਲ ਲਗਾਂ ਦੀ ਵਰਤੋਂ ਕਿੱਤੀ ਜਾਂਦੀ ਹੈ 4 ਲਗਾ ਦੀ ਈੜੀ ਨਾਲ ਲਗਾਂ ਦੀ ਵਰਤੋਂ ਕਿੱਤੀ ਜਾਂਦੀ ਹੈ 3 ਲਗਾ ਦੀ ਸ਼ਬਦ ਹੁੰਦੇ ਹਨ ਸਾਰਥਿਕ ਸ਼ਬਦ ਅਤੇ ਨਿਰਾਰਥਿਕ ਸ਼ਬਦ ਸਾਰਥਿਕ ਸ਼ਬਦਾਂ ਮੰਨਿਆ ਜਾਂਦਾ ਹੈ ਅੱਠ ਹਿੱਸਿਆਂ ਵਿੱਚ ਮੂਲ ਸ਼ਬਦ ਹੁੰਦੇ ਹਨ ਜੋ ਸ਼ਬਦ ਕਿਸੇ ਹੋਰ ਸ਼ਬਦਾਂ ਤੋਂ ਬਿਨਾ ਨਾ ਬਣੇ ਹੋਣ ਇਹ ਕਾਠਵਾਚਕ ਨਾਮ ਵਰਤੇ ਜਾਂਦੇ ਹਨ ਕਿਸੇ ਸਮੂਹ ਲਈ ਲਿੰਗ ਹੁੰਦੇ ਹਨ ਦੋ ਪ੍ਰਕਾਰ ਦੇ ਪੁਲਿੰਗ ਅਤੇ ਇਸਤਰੀ ਲਿੰਗ ਵਚਨ ਹੁੰਦੇ ਹਨ ਦੋ ਤਰ੍ਹਾਂ ਦੇ ਇੱਕ ਵਚਨ ਅਤੇ ਬਹੁ ਵਚਨ ਕਾਰਖੁੰਦੇ ਹਨ ਅੱਠ ਪ੍ਰਕਾਰ ਦੇ ਪੜਨਾਵ ਦੀਆਂ ਕਿਸਮਾਂ ਹਨ 6 ਕਿਸਮਾਂ ਪੁਰਖਵਾਚਕ ਪੜਨਾਵ ਦੀਆਂ ਕਿਸਮਾਂ ਹਨ 3 ਉੱਤਮ ਪੁਰਖ ਮੱਧਮ ਪੁਰਖ ਅਤੇ ਅਨ્ય ਪੁਰਖ